ਇਹ ਜਿਹੜਾ ਏਸ ਆਈ ਦੇ ਉੱਤੇ ਆਰੋਪ ਵੀ ਲੱਗੇ ਤੁਹਾਨੂੰ, ਤੁਸੀਂ ਗ੍ਰਿਫਤਾਰ ਵੀ ਕੀਤਾ, ਕੇਸ ਵੀ ਦਰਜ ਕੀਤਾ, ਕੀ ਸਾਰਾ ਮਾਮਲਾ ਜੀ? ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਇੱਕ ਥਾਣੇਦਾਰ ਸਾਡਾ ਸੁਰਿੰਦਰ ਕੁਮਾਰ ਏਐਸ ਆਈ ਹੈ, ਜਿਹੜਾ ਕਿ ਸਦਰ ਥਾਣੇ 'ਚ ਪੋਸਟਡ ਹੈ, ਪੀਸੀਆਰ 'ਤੇ ਲੱਗਿਆ ਹੋਇਆ। ਉਹ ਕਿਤੇ ਅੱਜ ਦੁਪਹਿਰੇ ਆਪਣੇ ਘਰ ਆਇਆ, ਉਹਦੇ ਜਿਹੜੇ ਘਰ ਦੇ ਉਹ ਵੀ ਘਰ ਤੋਂ ਬਾਹਰ ਸੀ, ਉਹਨਾਂ ਦੇ ਗੁਆਂਢ ਵਿੱਚ ਹੀ ਕੋਈ ਲੜਕੀ ਮਹਾਵੀਰ ਨਗਰ ਦੇ ਵਿੱਚ ਜਿਹੜੇ ਕਿ ਰਹਿੰਦੀ ਹੈ, ਛੋਟੀ ਉਮਰ ਦੀ ਬੇਟੀ ਹੈ, ਬੱਚੀ ਆ ਉਹ, ਉਹਨਾਂ ਨੂੰ ਉਸ ਆਪਣੇ ਘਰ ਲੈ ਗਿਆ ਅੰਦਰ। ਉਸ ਤੋਂ ਬਾਅਦ ਮੁਹੱਲੇ ਵਾਲਿਆਂ ਨੂੰ ਪਤਾ ਲੱਗਾ ਅਤੇ ਫਿਰ ਮੁਹੱਲੇ ਵਾਲਿਆਂ ਨੇ ਰੌਲਾ ਰੌਲਾ ਪਾ ਕੇ ਲੜਕੀ ਜਿਹੜੀ ਕਿ ਬਾਹਰ ਕੱਢੀ ਹੈ। ਉਸ ਤੋਂ ਬਾਅਦ ਜਿਹੜਾ ਥਾਣੇਦਾਰ ਮੌਕੇ 'ਤੇ ਅਸੀਂ ਅਰੈਸਟ ਕਰ ਲਿਆ ਅਤੇ ਉਸ 'ਤੇ ਜੋ ਵੀ ਪਤਾ ਲੱਗਾ ਵੀ ਲੜਕੀ ਦੀ ਜਿਹੜੀ ਦਾਦੀ ਹੈ ਉਹਦੇ ਵੱਲੋਂ ਬਿਆਨ ਦਰਜ ਕੀਤਾ ਗਿਆ ਅਤੇ ਉੱਤੇ ਮੁਕੱਦਮਾ ਵੀ ਅਸੀਂ ਦਰਜ ਕਰ ਲਿਆ ਗਿਆ। ਇਹ ਹੈਗਾ ਜੀ ਧਾਰਾ 376, 354 IPC ਧਾਰਾ ਦੇ ਤਹਿਤ ਉਹਦਾ ਮੁਕੱਦਮਾ ਦਰਜ ਕੀਤਾ ਗਿਆ। ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਉੱਤੇ, ਮੁਲਾਜ਼ਮ ਹੋਵੇ ਚਾਹੇ ਕੋਈ ਹੋਰ ਹੋਵੇ, ਕਿਉਂਕਿ ਇਹੋ ਜਿਹੀ ਘਲਾਉਣੀ ਹਰਕਤ ਕਰਨ ਵਾਲੇ ਨੂੰ ਅਸੀਂ ਕਦੇ ਬਖਸ਼ਦੇ ਨਹੀਂ ਹੁੰਦੇ। ਉਸ ਤੋਂ ਇਲਾਵਾ ਅਸੀਂ ਉਹਨੂੰ ਅਰੈਸਟ ਵੀ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਜਿਹੜੇ ਮਦੇਈ ਨੇ ਅੱਗੇ ਅੱਗੇ ਜੋ ਜੋ ਵੀ ਐਵੀਡੈਂਸ ਆਊਗੀ ਉਹਦੇ ਤਹਿਤ ਜੋ ਵੀ ਕਾਰਵਾਈ ਬਣਦੀ ਅੱਗੇ ਅੱਗੇ ਕਰੀ ਜਾਵੇਗੀ। ਸਰ ਘਟਨਾ ਦੇ ਦੌਰਾਨ ਲੱਗਦਾ ਪਤਾ ਲੱਗਾ ਕਿ ਇਸ ਆਈ ਸ਼ਰਾਬੀ ਹਾਲਤ 'ਚ ਸੀ? ਹਾਂ, ਉਹ ਵੀ ਲੱਗਾ ਪਤਾ। ਵੈਸੇ ਅਸੀਂ ਮੈਡੀਕਲ ਕਰਾਵਾਂਗੇ, ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ, ਇਹਦੇ 'ਚ ਕੋਈ ਵੀ ਕੋਤਾਹੀ ਨਹੀਂ ਵਰਤੀ ਜਾਊਗੀ, ਪ੍ਰੋਪਰ ਇਨਸਾਫ ਦਿੱਤਾ ਜਾਊਗਾ ਲੜਕੀ ਵਾਲੇ ਪਰਿਵਾਰ।